ਸਾਡੇ ਪੁਲਿਸ ਵਾਲੇ ਦੁਕਾਨਦਾਰਾਂ ਨੂੰ ਬਹੁਤ ਤੰਗ ਕਰਦੇ। ਪਹਿਲਾਂ ਸਵੇਰੇ ਡਾਂਗ ਦੇ ਕੇ ਘੁੱਪ ਚਲੇ ਗਏ, ਸਾਰਿਆਂ ਦੇ ਪਟਾਕੇ ਚੁਕਾ ਲੈਣੇ। ਸਵੇਰ ਤੇ ਸ਼ਾਮ ਤੱਕ ਸਾਰੇ ਦੁਕਾਨਦਾਰ ਆ ਜਾਣਗੇ ਉਹਦੇ ਕੋਲ, ਉਸਦੇ ਬਾਅਦ ਸਭ ਦੇ ਪਟਾਕੇ ਲਵਾ ਲੈਣੇ। ਇਹ ਸਿਸਟਮ ਬੰਦ ਕਰੋ। ਦੁਕਾਨਦਾਰ ਨੇ ਬਾਹਰ ਮੰਜਾ ਲਾ ਕੇ ਵੀ ਚਾਰ ਪੈਸੇ ਕਮਾਉਣੇ, ਆਹੀ ਦੀਵਾਲੀ ਦੇ ਦਿਨ ਅਗਲੇ ਨੂੰ ਕਮਾਉਣੇ। ਦੁਕਾਨਦਾਰ ਨੂੰ ਫੈਸਿਲੀਟੇਟ ਕਰਨਾ, ਕਿਸੇ ਨੂੰ ਤੁਹਾਡਾ ਐਸ ਐਚ ਓ ਨਾ ਰੋਕੇ ਪਟਾਕੇ ਵੇਚਣ ਤੇ, ਕਿਸੇ ਨੂੰ ਨਾ ਰੋਕੇ ਖੇਲ ਖਿੱਲਾ ਵੇਚਣ ਤੇ, ਪਰ ਸਰਕਾਰੀ ਕੋਈ ਫੀਸਾਂ ਨਾ ਲਓ ਇਹਦੀਆਂ। ਪਟਾਕੇ ਵੇਚਦੇ, ਖੇਲ ਖਿੱਲਾ ਵੇਚਦੇ, ਵੇਚਣ ਲਓ। ਥੋੜੀ ਬਹੁਤੀ ਕਾਇਰ ਬਜ਼ਾਰੀ ਮਿਊਂਸਪਲ ਕਮੇਟੀ ਵਾਲੇ ਵੀ ਧੱਕਾ ਕਰਦੇ ਜਾ ਕੇ ਦੁਕਾਨਦਾਰਾਂ ਦੇ ਨਾਲ। ਇਹ ਠੀਕ ਹੈ ਕਿ ਰਸਤਾ ਮੇਨਟੇਨ ਕਰਾਓ, ਰਸਤੇ ਵਿੱਚ ਕੋਈ ਨਾ ਲਾਵੇ। ਦੁਕਾਨ ਦੇ ਮੂਹਰੇ ਲਾਉਣਾ ਚਾਹੁੰਦਾ ਅਗਲਾ ਆਪਣੀ ਫੜੀ, ਹੋਰ ਸਮਾਨ ਵੀ ਲਗਾਉਣਾ ਚਾਹੁੰਦਾ, ਦੀਵਾਲੀ ਦੇ ਦਿਨ ਤਿੰਨ ਚਾਰ ਦਿਨ ਲਗਾਉਣ ਤੋਂ। ਦੁਕਾਨਾਂ ਨੂੰ ਸੌਖ ਦੇਣੀ ਹੈ। ਤੁਹਾਡੇ ਐਸ ਐਚ ਓ ਦੁਕਾਨਾਂ ਤੇ ਮਹੀਨਾ ਇਕੱਠਾ ਕਰਦੇ, ਨਮੀਨਾ ਨੀ ਦੀਵਾਲੀ ਦੇ ਪੈਸੇ ਇਕੱਠੇ ਕਰਦੇ, ਇਹ ਬਿਲਕੁਲ ਗਲਤ ਹੈ। ਇਹ ਚੀਜ਼ ਤੁਸੀਂ ਇਹ ਤੁਹਾਡੇ ਤੱਕ ਨਾ, ਇਹ ਗਲਿਆਂ ਨੂੰ ਖੇਤ ਰਟਾਉਣੇ ਵਾਲੀ ਗੱਲ ਹੈ, ਤੁਹਾਡੇ ਤੱਕ ਕੋਈ ਗੱਲ ਨੀ। ਇਹ ਹੇਠਲੇ ਲੈਵਲ ਤੇ ਹੋ ਜਾਂਦਾ। ਇਹ ਚੀਜ਼ ਨੂੰ ਸਖਤੀ ਨਾਲ ਆਪਣੇ ਐਸ ਐਚ ਓ ਮੁਨਸੀ ਥਾਣੇਦਾਰ ਨੂੰ ਸਮਝਾਓ ਕਿ ਕਿਸੇ ਨੇ ਬਾਜ਼ਾਰ ਦੇ ਵਿੱਚ ਇਹ ਪੈਸੇ ਇਕੱਠੇ ਕਰਨੇ ਆ। ਬਿਲਕੁਲ ਸੌਖੀ ਦੀਵਾਲੀ ਦੁਕਾਨਦਾਰ ਵਾਸਤੇ ਰਹਿਣੀ ਚਾਹੀਦੀ। ਦੁਕਾਨਦਾਰ ਨੂੰ ਲੱਗੇ ਕਿ ਮੇਰੀ ਦੀਵਾਲੀ ਆਈ ਹੈ, ਜੇ ਪੁਲਿਸ ਵਾਲਿਆਂ ਦੀ ਦੀਵਾਲੀ ਬਣੇਗੀ ਤਾਂ ਉਹ ਗਲਤ ਹੈ। ਆਪਣੇ ਥੱਲੇ ਪੁਲਿਸ ਨੂੰ ਪੂਰੀਆਂ ਸਖ਼ਤ ਕਰਨ ਨੂੰ ਹਦਾਇਤਾਂ ਕਰੋ ਕਿ ਦੁਕਾਨਦਾਰਾਂ ਨੂੰ ਤੰਗ ਨਹੀਂ ਕਰਨਾ। ਦੁਕਾਨ ਬਾਜ਼ਾਰ ਵਧੀਆ ਚੱਲਣਾ ਚਾਹੀਦਾ। ਕੋਈ ਬੰਦਾ ਤੁਹਾਡਾ ਪੈਸੇ ਨਾ ਲਵੇ ਕਿਸੇ ਦੁਕਾਨਦਾਰ ਤੋਂ, ਪਟਾਕੇ ਬੰਦ ਕਰਾ ਕੇ ਪਟਾਕੇ ਵੇਚ। ਇਹ ਠੀਕ ਹੈ ਕਿ ਪੋਲਿਊਸ਼ਨ ਵਾਲੀ ਗੱਲ ਹੈ, ਸੁਪਰੀਮ ਕੋਰਟ ਦੀਆਂ ਜੇ ਕੋਈ ਹਦਾਇਤਾਂ ਹੈਗੀਆਂ ਉਹਨਾਂ ਦੀ ਪਾਲਣਾ ਕਰ ਲਓ। ਪਰ ਅਨਸੈਸਰੀਲੀ ਅੱਜ ਮੈਨੂੰ ਇੱਕ ਮੈਸੇਜ ਆਇਆ ਕਿ ਜੀ 35,000 ਰੁਪਇਆ ਵਿੱਚ ਉਹ ਲਾਉਣ ਦਾ ਮੰਗਦੇ, 35,000 ਮੇਰੀ ਕਮਾਈ ਨਹੀਂ ਹੋਣੀ ਪਟਾਕੇ ਲਾਉਣ ਦਾ। ਇਹ ਕੰਮ ਬੜਾ ਗਲਤ ਹੈ, ਇਹ ਹੇਠਾਂ ਹੀ ਹੋ ਜਾਂਦਾ ਸਾਰਾ ਕੁਛ। ਤੁਸੀਂ ਦੇਖਣਾ ਸਖਤੀ ਦੇ ਨਾਲ। ਕੱਲ ਨੂੰ ਮੀਟਿੰਗ ਕਰੋ, ਆਪਣੇ ਬੰਦਿਆਂ ਨੂੰ ਬੁਲਾਓ, ਉਹਨਾਂ ਨੂੰ ਐਸ ਐਚ ਓ ਵਗੈਰਾ ਨੂੰ ਗਾਈਡਲਾਈਨਸ ਦਿਓ ਕਿ ਦੀਵਾਲੀ ਦੇ ਵਿੱਚ ਦੁਕਾਨਦਾਰ, ਬਾਜ਼ਾਰ ਦੇ ਲੋਕ, ਫੜੀਆਂ ਵਾਲੇ ਲੋਕ, ਰੇਹੜੀਆਂ ਵਾਲੇ ਲੋਕ, ਇਹਨਾਂ ਨੂੰ ਬਿਲਕੁਲ ਤੰਗ ਨਹੀਂ ਕਰਨਾ। ਮੇਲਾ ਦੀਵਾਲੀ ਦਾ ਅੱਛਾ ਨਿਕਲਣਾ ਚਾਹੀਦਾ, ਸਾਰਿਆਂ ਨੂੰ ਦੀਵਾਲੀ ਲੱਗੇ ਕਿ ਸਾਡੀ ਦੀਵਾਲੀ ਆਈ।